ਐ ਨਾ ਪਹਿਲੇ ਨੰਬਰ ਤੇ ਥੋੜੀ ਜੀ ਨਾ ਐ ਵੀਡੀਓ ਵੇਖ ਲਓ, ਤੁਹਾਡੀ ਬੜੀ ਮਿਹਰਬਾਨੀ। ਜੀ ਆਪ ਦੇਖ ਸਕਦੇ ਹੈ ਉਸਕਾ ਘਰ ਹੈ। ਲਾਸਟ ਟਾਈਮ ਚੌਥੀ ਵਾਰੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ, ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਦਾ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਜਿਹੜਾ ਨਾ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ, ਨਾਲ ਬੈਲ ਆਈਕਨ ਨੂੰ ਲਾਜ਼ਮੀ ਪ੍ਰੈਸ ਕਰ ਲਵੋ ਤੇ ਵੀਡੀਓ ਦਾ ਕਮੈਂਟ ਲਾਜ਼ਮੀ ਕਰਿਓ ਜੇ ਚੰਗੀ ਲੱਗੇ। ਐ ਨਾ ਅਸੀਂ ਨਾ ਮੈਂ ਤੇ ਮੇਰਾ ਦੋਸਤ ਖਿਜ਼ਰ ਅਸੀਂ ਦੋਏ ਨਾ ਜ਼ੇਬ ਪੇਂਡੂ ਨੂੰ ਮਿਲਣ ਗਏ ਹਾਂ। ਤਕਰੀਬਨ 10-15 ਦਿਨ ਹੋ ਗਏ ਨੇ ਤੇ ਜ਼ੇਬ ਪੇਂਡੂ ਜਿਹੜਾ ਸੀ ਨਾ, ਪਹਿਲਾਂ ਤਾਂ ਸਾਨੂੰ ਉਹਦੇ ਪਿੰਡ ਦਾ ਹੀ ਨਹੀਂ ਪਤਾ ਚੱਲਦਾ ਪਿਆ ਕਿ ਕਿਹੜੀ ਸਾਈਡ 'ਤੇ ਵੇ ਕਿੱਥੇ ਰਹਿੰਦਾ ਉਹ। ਤੇ ਫਿਰ ਅਸੀਂ ਪੁੱਛਦੇ ਪੁਛਾਂਦੇ ਯਾਨੀ ਉਹਦੇ ਨਾ ਘਰ ਪਹੁੰਚ ਗਏ ਪਿੰਡ ਉਹਨਾਂ ਦੇ। ਤੇ ਫਿਰ ਉਹਦਾ ਘਰ ਤੇ ਵੀਡੀਓ ਦੇ ਅੰਦਰ ਮੈਂ ਵੇਖਿਆ ਹੀ, ਜ਼ਾਹਰੀ ਗੱਲ ਮੈਂ ਫਿਰ ਉੱਥੇ ਉਹਦੇ ਘਰ ਠਾ ਵੱਜਾ ਜਾ ਕੇ। ਅਤੇ ਦੋਸਤੋ ਇਹ ਜਿਹੜੀ ਵੀਡੀਓ ਵਿਖਾਈ ਹੈ ਨਾ, ਇਹ ਵਿਖਾਉਣ ਦਾ ਮਕਸਦ ਇਹ ਨਹੀਂ ਕਿਸੇ ਬੰਦੇ ਨੂੰ ਬਦਨਾਮ ਕਰਨ ਦਾ ਨਹੀਂ ਹੈ। ਅਸੀਂ ਜ਼ਹੇਬ ਪਿੰਡ ਨੂੰ ਸਪੈਸ਼ਲ ਮਿਲਣਗੇ। ਆਹਾਂ 2000 ਰੁਪਇਆ ਖਰਚਾ ਕੀਤਾ, ਟਾਈਮ ਕੱਢਿਆ, ਕੰਮ ਤੋਂ ਛੁੱਟੀ ਕੀਤੀ, ਉਹਦੇ ਪਿੰਡ ਗਏ ਪੁੱਛਦੇ ਪੁਛਾਂਦੇ ਯਾਨੀ ਉਹਦੇ ਪਿੰਡ ਦਾ ਵੀ ਨਹੀਂ ਸਾਨੂੰ ਪਤਾ ਹੈ। ਅਤੇ ਅਸੀਂ ਜਦੋਂ ਉਹਦੇ ਪਿੰਡ ਗਏ ਹਾਂ ਘਰ, ਅਤੇ ਉਹਦਾ ਮੈਂ ਵੇਖਿਆ ਸੀ ਮਸਜਿਦ ਦੇ ਸਾਹਮਣੇ ਬਿਲਕੁਲ ਪਹਿਲੇ ਨੰਬਰ 'ਤੇ ਹੀ ਆ ਜਾਂਦਾ। ਅਤੇ ਅਸੀਂ ਗਏ ਹਾਂ ਅਤੇ ਪਹਿਲੇ ਅਸੀਂ ਨਹੀਂ ਉਹਦਾ ਦਰਵਾਜ਼ਾ ਖੜਕਾਇਆ ਸੀ ਕਿਆ, ਪਹਿਲਾਂ ਜਿਹੜੇ ਬੰਦੇ ਨੇ ਸਾਨੂੰ ਉਹਦੇ ਦੋਸਤ ਨੇ ਘੱਲਿਆ ਉਹਦਾ ਐਡਰੈਸ ਪਤਾ ਦਿੱਤਾ ਨਾ, ਅਸੀਂ ਉਹਨੂੰ ਫੋਨ ਕੀਤਾ, ਉਹ ਕਹਿਣ ਲੱਗਾ ਕਿ ਜਾਓ ਯਾਰ ਤੁਸੀਂ ਨਾ ਉਹਦੇ ਦਰਵਾਜ਼ਾ ਖੜਕਾਇਓ ਅਤੇ ਉਹ ਬਾਹਰ ਆਈਏਗਾ। ਅਤੇ ਅਸੀਂ ਇੰਝ ਹੀ ਕੀਤਾ, ਜਾ ਕੇ ਅੱਧਾ ਪੌਣਾ ਘੰਟਾ ਦਾ ਦਰਵਾਜ਼ਾ ਖੜਕਾਉਂਦੇ ਰਹੇ। ਫਿਰ ਬਾਅਦ 'ਚੋਂ ਜਿਹੜੀ ਉਹਨਾਂ ਦੀ ਪੈਲੀ ਸੀ, ਕੋਈ ਉਹਨਾਂ ਫਸਲ ਫੁਸਲ ਲਾਈ ਸੀ ਅੰਬਾਂ ਦੇ ਬੂਟੇ, ਉੱਥੇ ਜਾ ਕੇ ਅਸੀਂ ਬਹਿ ਰਹੇ। ਫਿਰ ਬਾਅਦ 'ਚ ਅਸੀਂ ਦੁਬਾਰਾ ਆਏ ਹਾਂ ਉਹਦੇ ਘਰ ਵਾਪਸੀ, ਫਿਰ ਹਾਂ ਅੱਧਾ ਪੌਣਾ ਘੰਟਾ ਉਹਦਾ ਦਰਵਾਜ਼ਾ ਖੜਕਾਇਆ। ਲੇਕਿਨ ਜ਼ਹੇਬ ਪੇਂਡੂ ਜਿਹੜਾ ਨਾ, ਇਹ ਵੇਖ ਲਓ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵਹਾਨਾ ਕਿ ਛੱਤ ਉੱਤੇ ਵੇਖ ਲਓ ਵੀਡੀਓ ਬਣਾ ਰਿਹਾ ਸੀ। ਕਾਕਾ ਕੋਈ ਨਹੀਂ ਗੱਲ, ਜੇ ਅਗਰ ਅਸੀਂ ਛੋਟੇ ਹਾਂ ਨਾ ਇਸ ਟਾਈਮ 'ਤੇ, ਕਿਸੇ ਦੌਰ ਦੇ ਵਿੱਚ ਤੂੰ ਵੀ ਛੋਟਾ ਹੁੰਦਾ ਹੈ, ਅਤੇ ਹੁਣ ਜੇ ਤੂੰ ਉਤਲੇ ਲੈਵਲ 'ਤੇ ਤੁਰ ਗਿਆ ਤਾਂ ਕਿਸੇ ਦੌਰ 'ਤੇ ਅਸੀਂ ਵੀ ਉਤਲੇ ਲੈਵਲ 'ਤੇ ਤੁਰ ਜਾਵਾਂਗੇ ਤੇਰੇ ਮੁਕਾਬਲੇ ਦੇ ਵਿੱਚ। ਲੇਕਿਨ ਇਹ ਜਿਹੜੀ ਹਰਕਤ ਤੂੰ ਕੀਤੀ ਹੈ ਨਾ, ਇਹ ਤੂੰ ਕੰਮ ਠੀਕ ਨਹੀਂ ਕੀਤਾ ਹੈ। ਜਾਂ ਤਾਂ ਉਂਝ ਹੀ ਯੂਟਿਊਬ ਦੇ ਉੱਤੇ ਵੀਡੀਓ ਬਣਾ ਕੇ ਹਟ ਕੇ ਮੈਨੂੰ ਅੱਜ ਤੋਂ ਬਾਅਦ ਕੋਈ ਬੰਦਾ ਮਿਲਣ ਨਾ ਆਏ ਕਰੇ, ਮੈਂ ਨਹੀਂ ਮਿਲ ਸਕਦਾ। ਤੂੰ ਆਪੀ ਵੀਡੀਓ ਅਪਲੋਡ ਕੀਤੀ ਯੂਟਿਊਬ ਦੇ ਉੱਤੇ ਕਿ ਮੇਰਾ ਐਕਸੀਡੈਂਟ ਹੋ ਗਿਆ ਅਤੇ ਤੁਸੀਂ ਚੰਗੇ ਬੰਦੇ ਹੋ, ਮੇਰਾ ਤੁਸੀਂ ਪਤਾ ਹੀ ਨਹੀਂ ਲੈਣ ਆਏ। ਅਤੇ ਅਸੀਂ ਜਦੋਂ ਪਤਾ ਤੇਰਾ ਲੈਣ ਆਏ ਹਾਂ ਤਾਂ ਤੂੰ ਇੰਨੀ ਕੋਸ਼ਿਸ਼ ਨਹੀਂ, ਹਿੰਮਤ ਨਹੀਂ ਕੀਤੀ ਕਿ ਮੈਂ ਥੱਲੇ ਯਾਰ ਵੇਖ ਹੀ ਲਾਂ ਵੀਡੀਓ ਨੂੰ ਛੱਡ ਕੇ ਕਿ ਕੋਈ ਬੰਦਾ ਮੈਨੂੰ ਮਿਲਣ ਆਇਆ, ਕੌਣ ਹੈ, ਹਮਸਾਇਆ, ਕੋਈ ਮਹਿਮਾਨ ਆਏ ਨੇ। ਇਹ ਕੰਮ ਨਹੀਂ ਤੂੰ ਠੀਕ ਕੀਤਾ ਹੈ। ਅਤੇ ਮੇਰਾ ਕੋਈ ਇਹੋ ਜਿਹਾ ਕੋਈ ਮਕਸਦ ਵੀ ਨਹੀਂ ਆ ਇਸ ਵੀਡੀਓ ਨੂੰ ਬਣਾਉਣ ਦਾ ਕਿ ਤੈਨੂੰ ਮੈਂ ਬਦਨਾਮ ਕਰਾਂ ਜਾਂ ਤੇਰੇ ਉੱਤੇ ਕੋਈ ਵੀਡੀਓ ਬਣਾ ਕੇ ਮੈਂ ਵਿਊ ਲਾਂ। ਬਸ ਮੈਂ ਇਸ ਮਕਸਦ ਵਾਸਤੇ ਵੀਡੀਓ ਬਣਾ ਰਿਹਾ ਕਿ ਤਾਂ ਕਿ ਜਿਹੜੇ ਤੇਰੇ ਸਬਸਕ੍ਰਾਈਬਰ ਨੇ ਤੇਰੀ ਵੀਡੀਓ ਵੇਖਦੇ ਨੇ, ਜਿਨ੍ਹਾਂ ਦੀ ਵਜ੍ਹਾ ਤੂੰ ਅੱਜ ਪੈਸਾ ਕਮਾ ਰਿਹਾ, ਮਕਾਨ ਬਣਾਇਆ ਹੀ, ਸੀਲਿੰਗ ਕਰਾਈ ਆ, ਪੱਥਰ ਲਵਾਏ, ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਤੂੰ ਉਹਨਾਂ ਨਾਲ ਕਿੰਨਾ ਪਿਆਰ ਕਰਨਾ। ਅਤੇ ਦੋਸਤੋ ਅੱਜ ਦੀ ਵੀਡੀਓ ਇਹ ਹੀ, ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਜਾਂ ਤੁਸੀਂ ਸੁਣੀਆਂ ਜੋ ਵੀ ਹੈ, ਅਗਰ ਤੁਹਾਨੂੰ ਕੋਈ ਮੇਰੀ ਗੱਲ ਵਿੱਚੋਂ ਕੋਈ ਐਸੀ ਕੋਈ ਗੱਲ ਹੋਏ ਜਿਹੜੀ ਤੁਹਾਨੂੰ ਬੁਰੀ ਲੱਗੀ ਹੋਏ ਤਾਂ ਮੈਨੂੰ ਮਾਫ਼ ਕਰਿਓ, ਅਤੇ ਇਸ ਵੀਡੀਓ ਨੂੰ ਲਾਜ਼ਮੀ ਪੂਰਾ ਵਾਚ ਕਰਿਓ ਅਤੇ ਸ਼ੇਅਰ ਲਾਜ਼ਮੀ ਕਰਿਓ ਤਾਂ ਕਿ ਇਸ ਜ਼ਹੇਬ ਪੇਂਡੂ ਤੱਕ ਪਹੁੰਚ ਜਾਵੇ ਅਤੇ ਉਹਨੂੰ ਪਤਾ ਚੱਲ ਜਾਵੇ ਕਿ ਕੋਈ ਬੰਦਾ ਮੈਨੂੰ ਮਿਲਣ ਆਇਆ ਹੈ ਕਿ